ਈਡੀ ਵੀ ਕੋਈ ਗੱਲ ਨਹੀਂ ਲੱਗੀ ਜਿੰਨਾ ਯਾਰ ਡਰਾਉਂਦੇ ਸੀ ਵਿਆਹ ਕਰਕੇ ਪਛਤਾਏਗਾ ਐਵੇਂ ਰੌਲਾ ਪਾਉਂਦੇ ਸੀ ਜਿਸ ਦਿਨ ਦਾ ਵੀ ਵਿਆਹ ਹੋਇਆ ਏ ਆਪਾਂ ਫੁੱਲ ਨਜ਼ਾਰੇ ਲੈਂਦੇ ਹਾਂ ਉਹ ਜੋ ਮਰਜ਼ੀ ਆਖੀ ਜਾਵੇ ਆਪਾਂ ਹਾਂਜੀ ਹਾਂਜੀ ਕਹਿੰਦੇ ਹਾਂ ਕੰਮ ਕਰਕੇ ਦਸ ਘਸਦਾ ਕੀ ਏ ਨਾਲੇ ਆਪਣੇ ਘਰ ਚ ਕਾਦੀ ਸੰਗ ਹੈ ਐਵੇਂ ਲੋਕੀ ਰੌਲਾ ਪਾਉਂਦੇ ਅਖੇ ਵਾਹੇ ਬੰਦੇ ਦੀ ਜ਼ਿੰਦਗੀ ਤੰਗ ਹੈ ਉਹਦੇ ਸੁੱਤਿਆਂ ਸੁੱਤਿਆਂ ਆਪਾਂ ਸਾਰੇ ਕੰਮ ਮੁਕਾ ਦਿੰਦੇ ਹਾਂ 10 ਮਿੰਟਾਂ ਵਿੱਚ ਚਾਹ ਬਣਾ ਕੇ ਘਰ ਵਾਲੀ ਨੂੰ ਠਾ ਦਿੰਦੇ ਹਾਂ 1 ਘੰਟੇ ਦੇ ਅੰਦਰ ਅੰਦਰ ਸਾਰੇ ਜਵਾਕ ਨਵਾ ਦਿੰਦੇ ਹਾਂ ਕੰਮ ਤੇ ਜਾਣ ਤੋਂ ਪਹਿਲਾਂ ਪਹਿਲਾਂ ਚਾਰ ਪਰੌਂਠੇ ਲਾ ਦਿੰਦੇ ਹਾਂ ਕੰਮ ਤੋਂ ਆ ਕੇ ਸ਼ਾਮ ਨੂੰ ਵਾਪਸ ਆਪਾਂ ਹੱਥ ਵਟਾ ਦਿੰਦੇ ਹਾਂ ਉਹ ਵੀ ਤੇ ਚਲ ਥੱਕੀ ਹੁੰਦੀ ਆਪਾਂ ਰੋਟੀ ਬਣਾ ਦਿੰਦੇ ਹਾਂ ਭਾਂਡੇ ਕਿਹੜਾ ਜ਼ਿਆਦਾ ਆਉਂਦੇ ਐਵੇਂ ਉਹਨੂੰ ਕਹਿੰਦੇ ਰਹੀਏ ਉਹਦੇ ਟੀਵੀ ਵੇਂਦਿਆ ਵੇਂਦਿਆ ਮਾਂਝ ਕੇ ਉਹਦੇ ਕੋਲ ਜਾ ਬਈਏ ਲੀੜੇ ਕੱਪੜੇ ਦਾ ਕਾਹਦਾ ਕੰਮ ਹੈ ਚੁੱਕ ਮਸ਼ੀਨ ਚ ਪਾ ਦਿੰਦੇ ਹਾਂ ਐਵੇਂ ਵੇਲੇ ਤੁਰਦੇ ਫਿਰਦੇ ਧੁੱਪੇ ਪਾ ਸਗਾ ਦਿੰਦੇ ਹਾਂ ਛੁੱਟੀ ਵਾਲੇ ਦਿਨ ਦੱਸਿਆ ਆਪਾਂ ਵੇਲਿਆਂ ਨੇ ਕੀ ਕਰਨਾ ਹੁੰਦਾ ਸਾਫ ਸਫਾਈ ਕਰ ਦਿੰਦੇ ਹਾਂ ਉੰਜ ਵੀ ਤੇ ਲੜਨਾ ਹੀ ਹੁੰਦਾ ਪੈਸੇ ਟਕੇ ਦੀ ਟੈਨਸ਼ਨ ਕੋਈ ਨਹੀਂ ਘਰ ਵਾਲੀ ਤੋਂ ਫੜ ਲੈਂਦੇ ਹਾਂ ਇੱਕ ਵਾਰੀ ਤਨਖਾਹ ਲਿਆ ਕੇ ਉਹਦੇ ਹੱਥ ਤੇ ਧਰ ਦਿੰਦੇ ਹਾਂ ਸਬਜ਼ੀ ਭਾਜੀ ਕੱਟ ਦਿੰਦੇ ਹਾਂ ਮਿਰਚ ਮਸਾਲੇ ਕੁੱਟ ਦਿੰਦੇ ਹਾਂ ਰਾਤੀ ਸੌਣ ਤੋਂ ਪਹਿਲਾਂ ਇੱਕ ਵਾਰ ਲੱਤਾਂ ਉਹਦੀਆਂ ਕੁੱਟ ਦਿੰਦੇ ਹਾਂ ਬਹੁਤਾ ਰੌਲਾ ਪਾਉਣ ਦੇ ਨਾਲੋਂ ਰਹਿਣ ਦੇ ਪਰਦੇ ਹੀਠਾਂ ਡੱਬੀ ਆਪਾਂ ਨੇ ਇਹ ਦੇ ਵੇਖ ਲਿਆ ਸਾਰਾ ਐਡੀ ਵੀ ਕੋਈ ਗੱਲ ਨਹੀਂ ਲੱਗੀ ਐਡੀ ਵੀ ਕੋਈ ਗੱਲ ਨਹੀਂ ਲੱਗੀ ਜਿੰਨਾ ਯਾਰ ਡਰਾਉਂਦੇ ਸੀ ਉਹ ਕਹੇ ਵਿਆਹ ਕਰਕੇ ਪਛਤਾਏਗਾ ਐਵੇਂ ਰੌਲਾ ਪਾਉਂਦੇ ਸੀ